ਕਰਤਾਰਪੁਰ ਕੋਰੀਡੋਰ ਖੁੱਲਣ ਦਾ ਚਾਅ ਹਰ ਵਰਗ ਦੇ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਸ਼ਰਧਾ ਦੇ ਨਾਲ ਨਾਲ ਖੁਸ਼ੀ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ। ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਕੋਰੀਡੋਰ ਖੁੱਲਣ ਦੇ ਦੂਜੇ ਦਿਨ, ਯਾਨੀ ਅੱਜ ਰੰਗਲੇ ਪੰਜਾਬ ਦੀ ਝਲਕ ਵੇਖਣ ਨੂੰ ਮਿਲੀ ਹੈ। ਕਰਤਾਰਪੁਰ ਲਾਂਘਾ ਖੁੱਲਣ ਦੇ ਅੱਜ ਦੂਜੇ ਦਿਨ ਕੋਰੀਡੋਰ ਵੱਖਰੇ ਹੀ ਰੰਗ 'ਚ ਰੰਗਿਆ ਨਜ਼ਰ ਆਇਆ। ਅੱਜ ਡੇਰਾ ਬਾਬਾ ਨਾਨਕ ਵਿਖੇ ਰੰਗਲੇ ਪੰਜਾਬ ਤੇ ਭਾਰਤ ਦੀ ਰੌਣਕਾਂ ਵੇਖੀਆਂ ਗਈਆਂ। ਕਰਤਾਰਪੁਰ ਕੋਰੀਡੋਰ ਖੁੱਲਣ ਦੀ ਖੁਸ਼ੀ ਦਾ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਨੇ ਆਪਣੇ ਸਾਰੇ ਕਲਾਕਾਰਾਂ ਨਾਲ ਮਿਲ ਕੇ ਵੱਖਰੇ ਢੰਗ ਨਾਲ ਇਜ਼ਹਾਰ ਕੀਤਾ। ਰੰਗਮੰਚ ਨਾਲ ਜੁੜੇ ਕਲਾਕਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਕਰਤਾਰਪੁਰ ਕੋਰੀਡੋਰ ਤੱਕ ਮਾਰਚ ਕੱਢਿਆ ਗਿਆ। ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਬੇ ਨਾਨਕ ਨੇ ਮਿਹਰ ਕਰਦੇ ਹੋਏ ਆਪਣੇ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੁਲਵਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਮਾਰਚ ਪੰਜਾਬ ਦੇ ਵੱਖ ਵੱਖ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਜ਼ਰੂਰ ਪਹੁੰਚੇਗਾ। 72 ਸਾਲਾਂ ਤੋਂ ਵਿਛੜੇ ਗੁਰਧਾਮਾਂ ਦੀ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ਣ ਦੀ ਕੀਤੀ ਅਰਦਾਸ ਪੂਰੀ ਹੋਣ ਦਾ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬਾਬਾ ਨਾਨਕ ਸਾਂਝੀ ਵਾਲਤਾ ਦਾ ਕਾਰਵਾਂ ਹੈ, ਔਰ ਬਾਬਾ ਨਾਨਕ ਦੇ ਨਾਮ ਨੂੰ ਅਸੀਂ ਸਿੱਧਾ ਕਰਨ ਆਏ ਹਾਂ ਕਿ ਬਹੁਤ ਅਸੀਂ ਖੁਸ਼ ਨਸੀਬ ਹਾਂ ਕਿ ਬਾਬਾ ਨਾਨਕ ਨੇ ਰਸਤਾ ਬਣਾਇਆ ਸਾਡੇ ਵਾਸਤੇ, ਔਰ ਅਸੀਂ ਇਹ ਚਾਹੁੰਦੇ ਹਾਂ, ਇਹ ਕਲਾਕਾਰ ਅਸੀਂ ਦੁਆ ਕਰਦੇ ਹਾਂ ਕਿ ਇਹ ਜਿਹੜਾ ਰਸਤਾ ਹੈ ਦੋਨੋਂ ਮੁਲਕਾਂ ਦੇ ਵਿੱਚ ਦੋਸਤੀ ਅਤੇ ਅਮਨ ਦਾ ਪੁਲ ਬਣੇ, ਤਾਂ ਜੋ ਇਹ ਜਿਹੜੇ ਲੋਕ ਸਾਜ਼ ਵਾਲੇ ਨੇ, ਰਬਾਬ ਵਾਲੇ ਨੇ, ਗੀਤ ਵਾਲੇ ਨੇ, ਸੰਗੀਤ ਵਾਲੇ ਨੇ, ਇਹਨਾਂ ਦੀ ਆਵਾਜ਼ ਜਿਹੜੀ ਹੈ ਇਹ ਬੁਲੰਦ ਹੋਵੇ ਅਤੇ ਦੋਨੋਂ ਮੁਲਕਾਂ ਦੇ ਹਾਲਾਤ ਜਿਹੜੇ ਉਹ ਸਾਜ਼ਗਾਰ। ਜਿਸ ਤਰ੍ਹਾਂ ਬਾਬਾ ਨਾਨਕ ਨੇ ਅੱਜ ਇਹ ਦਿਨ ਸਾਨੂੰ ਦਿਖਾਇਆ, ਔਰ ਇਸੇ ਤਰ੍ਹਾਂ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਵੱਡੇ ਦਿਲ ਕਰਨੇ ਚਾਹੀਦੇ ਆ, ਔਰ ਪਾਸਪੋਰਟ ਬਾਬਾ ਨਾਨਕ ਨੂੰ ਮਿਲਣ ਲਈ ਤੇ ਕੋਈ ਪਾਸਪੋਰਟ ਦੀ ਲੋੜ ਨਹੀਂ ਹੋਣੀ ਚਾਹੀਦੀ, ਔਰ ਸਭ ਤੋਂ ਬਾਬਾ ਨਾਨਕ ਦਾ ਨਾਮ ਉਸ ਤੋਂ ਵੱਡਾ ਪਾਸਪੋਰਟ ਕੋਈ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਸਿਰਫ ਇੱਕ ਆਪਣੇ ਕੋਈ ਆਈਡੈਂਟੀ ਕਾਰਡ ਦਿਖਾ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤੇ ਦੋਨੋਂ ਮੁਲਕਾਂ ਦੇ ਕੋਲ ਆਈਡੈਂਟੀ ਕਾਰਡ ਹੈਗੇ ਨੇ, ਔਰ ਜੇਕਰ ਉਹ ਹੋ ਜਾਵੇ ਤਾਂ ਉਹਦੇ ਨਾਲ ਜਿਹੜਾ ਮੈਨੂੰ ਲੱਗਦਾ ਦੋਨੋਂ ਸਰਕਾਰਾਂ ਦਾ ਨਾਮ ਹੋਰ ਵੀ ਬੁਲੰਦ ਹੋਏਗਾ। ਕੀ ਦੇਖ ਰਹੇ ਹੋ ਪਟਿਆਲਾ ਟੀਵੀ? ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਜੀ ਹਾਂ, ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਫਿਊਚਰ ਸੰਭਾਲਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਇੰਸਟੀਚਿਊਟ ਆ ਕੇ ਜ਼ਰੂਰ ਮਿਲੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ। ਫੋਨ 0175-23-51-810, ਮੋਬਾਈਲ 93-561-2507, 90-567, 90-02, ਵੈਬਸਾਈਟ www.gurunanakinstitute.com।